ਸ਼੍ਰੀ ਗੁਰੂ ਗ੍ਰੰਥ ਸਾਹਿਬ ਹਿੰਦੁਸਤਾਨ ਦੇ ਵਿੱਚ ਪੰਜਾਬ ਸੂਬੇ ਦੀ ਗੱਲ ਹੀ ਕਰਾਂਗੇ, ਬਹੁਤ ਬਾਬੇ ਆ ਗਏ ਹੁਣ, ਦੇਵੀ ਮਾਤ ਦੇਵੀ ਰਾਣੀਆਂ ਵੀ ਬਹੁਤ ਪੈਦਾ ਹੋ ਗਈਆਂ। ਇੰਸਟਾਗ੍ਰਾਮ 'ਤੇ ਕੋਈ ਚਿਮਟੇ ਫੜੀ ਖੜੀ ਹੈ, ਕੋਈ ਜੀਪ ਗੱਡੀ ਖੜੀ ਹੈ, ਕੋਈ ਕੁਛ ਕਰ ਰਹੀ ਹੈ, ਕੋਈ ਕੁਛ ਕਰ ਰਹੀ ਹੈ। ਕੀ ਸਾਡੇ ਜਿਸ ਹਿਸਾਬ ਦਾ ਸਮਾਜ ਬੇੜਾ ਗਰਕ ਹੋ ਗਿਆ, ਗੁੰਡਾਗਰਦੀ, ਲੁੱਚਪਣਾ, ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਖਤਮ ਹੋ ਗਈਆਂ, ਕੀ ਕੋਈ ਇਸ ਤਰ੍ਹਾਂ ਦਾ ਇੱਕ ਕੋਈ ਰੱਬ ਆਊਗਾ ਦੁਨੀਆਂ ਦੇ ਵਿੱਚ, ਉਮੀਦ ਕੀਤੀ ਜਾ ਸਕਦੀ ਹੈ, ਜਿਹੜਾ ਸਮੁੱਚੀ ਲੁਕਾਈ ਦਾ ਸੁਧਾਰ ਕਰ ਸਕੇ? ਰੱਬ ਤਾਂ ਤੁਰਿਆ ਫਿਰਦਾ ਪਰ ਦਿਖਦਾ ਨਹੀਂ। ਮੱਛੀ ਮੱਛੀ ਨੂੰ ਪੁੱਛਦੀ ਸਮੁੰਦਰ ਕਿੱਥੇ, ਉਹ ਕਹਿੰਦੀ ਸਮੁੰਦਰ 'ਚ ਹੀ ਤੈਰੀ ਜਾਂਦੀ। ਕਹਿੰਦੀ ਨਹੀਂ, ਮੈਂ ਸੁਣਿਆ ਇੱਥੇ ਬੜੇ ਹੀਰੇ ਮੋਤੀ ਜਵਾਹਰਾਤ ਹੈਗੇ ਹੈ। ਕਹਿੰਦੀ ਹਾਂ, ਉਹ ਲੱਭਣ ਵਾਸਤੇ ਫਿਰ ਡੂੰਘਾ ਜਾਣਾ ਪੈਣਾ ਥੱਲੇ ਤੱਟ 'ਤੇ, ਉਹ ਜਾਣ ਨੂੰ ਕੋਈ ਤਿਆਰ ਨਹੀਂ। ਜੋ ਕੁਛ ਹੋ ਰਿਹਾ ਸਰ ਰੱਬ ਦੇ ਹੁਕਮ ਨਾਲ ਹੋ ਰਿਹਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾ ਤੁਸੀਂ ਕਰ ਰਹੇ ਹੋ, ਨਾ ਸਮਾਜ ਕਰ ਰਿਹਾ, ਨਾ ਮੈਂ ਕਰ ਰਿਹਾ। ਮੇਰੇ ਵੀਰ ਪਿਆਰੇ, ਇਹ ਜੋ ਕਰ ਰਿਹਾ ਉਹੀ ਕਰ ਰਿਹਾ, ਅਤੇ ਉਹਦੀ ਖੇਡ ਉਹੀ ਜਾਣੇ। ਬੜੇ ਬੜੇ ਗਿਆਨੀ ਧਿਆਨੀ ਬਾਬੇ ਜੋ ਵੀ ਤੁਸੀਂ ਕਹਿੰਦੇ ਹੋ, ਮੇਰੇ ਨਾਲ ਵਾਰਤਾਲਾਪ ਨਹੀਂ ਕਰਦੇ, ਪਤਾ ਨਹੀਂ ਕਿਉਂ। ਮੈਂ ਕਈ ਵਾਰੀ ਕਿਹਾ, ਮੈਂ ਕਿਹਾ ਸਾਰੇ ਇਕੱਠੇ ਹੋ ਕੇ ਆਓ, ਆਪਾਂ ਬੈਠੀਏ ਪ੍ਰੈਸ ਦੇ ਨਾਲ ਅਤੇ ਵਾਰਤਾਲਾਪ ਕਰ ਲਈਏ। ਉਹ ਕਹਿੰਦੇ ਨਾ ਬਾਈ ਤੇਰਾ ਕੋਈ ਪਤਾ ਨਹੀਂ, ਕਿ ਸਾਡੇ ਚਾਂਡਰਾ ਮਾਰਦੇ। ਮੈਂ ਕਹਾਂ ਨਹੀਂ, ਇੱਦੀ ਗੱਲ ਨਹੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਕੌਣ ਹੋ। ਤੁਹਾਡੇ ਡੇਰੇ ਖੋਲ ਰੱਖੇ ਆ ਨਾ, ਅਤੇ ਜੇ ਲੋਕਾਂ ਨੂੰ ਮੈਂ ਤੁਹਾਨੂੰ ਗੱਲ ਸੁਣਨ ਦਾ ਹਾਲ ਕੀ ਹੈ ਲੈ। ਹੁਣ ਤੁਸੀਂ ਗੱਲ ਛੇੜ ਲਈ ਤਾਂ ਮੈਨੂੰ ਫੜਿਆ ਨਹੀਂ ਜਾਂਦਾ। ਇੱਕ ਨਾ ਬਾਬਾ ਬੈਠਾ ਸੀ, ਬਾਈ ਜੀ ਬਾਬਾ ਬੈਠਾ ਅਤੇ ਦੁਨੀਆ ਨਾਲ ਖੜੀ, ਬ੍ਰਹਮੰਡ ਮੈਂ ਐਸਾ ਹੋ ਰਿਹਾ ਹੈ, ਅਬ ਪ੍ਰਭੂ ਇੱਧਰ ਜਾ ਰਹੇ ਹੈ, ਉੱਥੋਂ ਫਲਾਨਾ ਆ ਰਿਹਾ ਹੈ, ਹੁਣ ਮੱਥਾ ਟਿਕਿਆ ਹੈ, ਹੁਣ ਐਂ ਹੋਇਆ ਹੈ, ਹੁਣ ਤੁਹਾਡੇ ਕਦਮਾਂ 'ਚ ਆ ਰਿਹਾ ਹੈ। ਜੂੰ ਜਹਾਨ ਦਾ ਰੌਲਾ ਪਾਇਆ ਅਤੇ ਉੱਥੇ ਉਹਦੇ ਓਡਾ ਵੱਡਾ ਰੱਖਿਆ ਡੌਲੂ, ਉਹਦੇ ਵਿੱਚ ਡਾਲਰ, ਉਹ 'ਚ ਪੈਸੇ, ਉਹ 'ਚ ਚੱਲਣ ਦੇ, ਉਹ ਭਰ ਗਿਆ ਅਤੇ ਅੱਖ ਐਂ ਦੇਖ ਵੀ ਲਿਆ ਕਰੇ ਅਤੇ ਫਿਰ ਲੱਗ ਪਿਆ ਕਰੇ। ਅਤੇ ਗੁਰੂ ਨਾਨਕ ਦੇਵ ਜੀ ਲੰਘੀ ਜਾਂਦੇ ਸੀ ਕੋਲ, ਤਾਂ ਅੱਖ ਮੀਚੀਓ ਨੇ ਯੇ ਹੈ ਪ੍ਰਭੂ ਆਪਸੇ ਕਹਿ ਰਹੇ ਹੈ ਕਿ ਬੱਚਾ, ਉਹ ਫਲਾਨਾ ਜੋ ਵੀ ਬੋਲਦੇ ਨੇ ਉਹ ਐਂ ਕਹਿ ਰਿਹਾ, ਬਤੇਰੇ ਸੱਤਾ ਪੁੱਛਦਾ ਤਾਂ ਬਾਪੂ ਭੁੱਖਾ ਪਿਆ, ਉਹ ਜੰਗਲ 'ਚ ਸ਼ੇਰ ਬਣਿਆ, ਜਾ ਪੁੱਤ ਰੋਟੀ ਖਵਾਇਆ, ਜੇ ਗੱਲਾਂ ਕਰਦੇ। ਬਾਬਾ ਜੀ ਨੇ ਉਹ ਚੱਕਿਆ, ਉਹਦਾ ਡੋਲੂ ਅਤੇ ਪਿੱਛੇ ਰੱਖਤਾ ਅਤੇ ਇੱਕਦਮ ਅੱਖ ਖੋਲੀ, ਕਹਾਂ ਗਿਆ, ਕਹਾਂ ਗਿਆ, ਉਹ ਪੈਸੇ ਕਿੱਥੇ ਗਏ, ਫਲਾਨਾ ਕਿੱਥੇ ਗਿਆ? ਬਾਬਾ ਜੀ ਕਹਿੰਦੇ, ਊਂ ਤਾਂ ਤੂੰ ਪਰਮੰਡਾ ਖੰਡਾਂ ਦੀਆਂ ਗੱਲਾਂ ਸੁਣਾਉਣਾ ਅਤੇ ਤੈਨੂੰ ਇਹ ਨਹੀਂ ਪਤਾ ਤੇਰਾ ਪੀਪਾ ਕਿੱਥੇ ਪਿਆ। ਮੇਰੀ ਗੱਲ ਤੁਹਾਨੂੰ ਸ਼ਾਇਦ ਸਮਝ ਆ ਗਈ ਹੋਵੇ, ਸਾਡਾ ਇਹ ਹਾਲ ਹੈ ਜੀ। ਪਰ ਗੱਲ ਇਹ ਹੈ ਕਿ ਝੂਠ ਦਾ ਭੰਡਾਰ ਜਿੰਨਾ ਮਰਜ਼ੀ ਕੁੱਟੀ ਜਾਓ, ਸਾਡੇ ਵਾਲੇ ਵੀ ਕਮਲਾਂ ਦਾ ਘਾਟਾ ਨਹੀਂ। ਇਹ ਬਾਬਾ ਜੀ ਮੇਰਾ ਘਰ ਵਾਲਾ ਨਾ ਮੈਨੂੰ ਪਿਆਰ ਨਹੀਂ ਕਰਦਾ, ਕੁਛ ਕਰੋ। ਔਰ ਬਾਬਾ ਆ ਧਾਗਾ ਬੰਨ੍ਹ ਕੇ, ਬੱਚਾ ਆ ਜਾਏਗਾ ਤੁਹਾਰੇ ਕਾਬੂ। ਬਾਬਾ ਜੀ ਮੇਰਾ ਮੁੰਡਾ ਨਾ ਮੇਰਾ ਕਹਿਣਾ ਨਹੀਂ ਮੰਨਦਾ। ਬਾਬਾ ਜੀ ਮੇਰਾ ਘਰ ਵਾਲਾ ਬਹੁਤ ਸ਼ਰਾਬ ਪੀਂਦਾ, ਮੇਰੇ ਸਿਧਾਰ ਐਂ ਕਰਦੇ। ਉਹ ਕਹਿੰਦੇ ਕਰ ਲਈ ਬਾਬਾ ਚਾ, ਸਾਲੇ ਬਾਬੇ ਦੇ ਘਰੇ ਆਪ ਅੱਗ ਲੱਗੀ ਹੈ, ਛਿੱਤਰੋ ਛਿੱਤਰੀ ਉਹ ਹੁੰਦਾ ਰੋਜ਼, ਜਨਾਨੀ ਰੋਜ਼ ਉਹਨੂੰ ਕੁੱਟਦੀ ਹੈ, ਭੱਜਿਆ ਫਿਰਦਾ ਹੈ ਕਦੇ ਕਿਤੇ ਕਿਤੇ ਕਿਤੇ। ਤਾਂ ਬਾਬਾ ਪ੍ਰਵਚਨ ਕਰਕੇ ਦੱਸ ਰਿਹਾ ਹੈ, ਆਹ ਤਾਂ ਸਾਡਾ ਹਾਲ ਹੈ ਸਾਰਿਆਂ ਦਾ। ਡੇਰਿਆਂ 'ਤੇ ਜਾਓ, ਮੱਥਾ ਟੇਕੋ। ਮੈਂ ਤਾਂ ਆਪ ਬਾਬਾ ਬਣਨ ਨੂੰ ਕਹਿੰਦਾ, ਮੈਂ ਬਾਈ ਜੀ ਨੂੰ ਆਖਿਆ, ਜਰਨੈਲ ਭਾਅ ਜੀ ਨੂੰ ਆਸਟ੍ਰੇਲੀਆ, ਮੈਂ ਕਿਹਾ 100 ਕਿੱਲਾ ਲੈ ਕੇ ਬਾਬਾ ਨਾ ਬਣ ਜਾਈਏ। ਥੋੜਾ ਡੋਲੂ ਉਤਰਿਆ ਜੀ, ਕਿਆ ਬਾਤ ਹੈ, ਮੱਥੇ ਹੀ ਟੇਕਣਾ 10 ਬੰਦਿਆਂ ਨੇ, ਲੈ ਸਾਰਾ ਜਗਤ ਨਾਲ ਤੁਰੂਗਾ, ਆਹ ਹਾਲ ਹੈ ਸਾਡਾ, ਕੀ ਕਰੀਏ। ਅਤੇ ਉਹ ਦੇਖ ਰਿਹਾ, ਉਹ ਫਿਰ ਚਰਖ 'ਤੇ ਚੜਾਉਂਦਾ, ਮੇਰੀ ਇਹ ਵੀ ਸੁਣ ਲਿਓ। ਬਿਲਕੁਲ, ਅੱਛਾ ਜੀ ਜੀ, ਮੇਰੀ ਗੱਲ, ਹਾਂਜੀ ਹਾਂਜੀ ਸਰ, ਸੋਰੀ, ਮਾਫ਼ ਕਰਨਾ, ਮਾਫ਼ੀ ਚਾਹੁੰਦਾ। ਹੁਣ ਹੁੰਦਾ ਕੀ ਹੈ, ਇਹੋ ਜਿਹੀਆਂ ਰੂਹਾਂ ਜਾਂਦੀਆਂ ਦਰਗਾਹ 'ਚ, ਉੱਥੇ ਫਿਰ ਬੈਠਾ ਹੁੰਦਾ ਇੱਕ ਬਾਬਾ ਡੰਗ ਲੈ ਕੇ,
ਆਹ ਹੀ ਕਹਿੰਦਾ ਮੈਂ ਮਾੜਾ ਅੱਗੇ ਨੂੰ ਇਹ ਗੱਲ ਸੁਣਾਉਣੀ ਬਹੁਤ ਜ਼ਰੂਰੀ ਹੈ। ਉਹ ਕਹਿੰਦਾ ਵੀ ਰੂਹ ਹੈ ਨਾ ਇਹਦੀ ਅੱਗ 'ਚ ਪਾ, ਉਹ ਅੱਗ 'ਚ ਪਾ ਦਿੰਦੇ ਜੀ ਬਾਬ, ਰਾਤ ਨੂੰ ਸੜਦਾ ਹੈ, ਹਾਏ ਮਰ ਗਿਆ, ਹਾਏ ਲੁੱਟ ਗਿਆ, ਕਹਿੰਦਾ ਬੋਲੀ ਜਾਣਦੇ ਇਹਨੂੰ, ਲਾਲਾ ਲਾਲਾ ਹੁੰਦੀ ਹੈ, ਸਵੇਰ ਹੋ ਜਾਂਦੀ, ਸੂਰਜ ਚੜ੍ਹਦਾ, ਕਹਿੰਦਾ ਝਾੜ ਇਹਨੂੰ, ਝਾੜ ਕੇ ਬਰਫ਼ ਦੀ ਸਿੱਲੀ 'ਤੇ ਪਾ, ਬਰਫ਼ ਦੀ ਸਿੱਲੀ 'ਤੇ ਪਾਉਂਦਾ, ਉਹ ਮਰਦਾ, ਹਾਏ ਬਾਪੂ ਮਰ ਗਿਆ, 24 ਘੰਟੇ ਰੂਹ ਕਰਲਾਉਂਦੀ ਹੈ, ਰਾਤ ਨੂੰ ਝਾੜ ਕੇ ਫਿਰ ਅੱਗ 'ਚ ਪਾ ਦਿੰਦਾ, ਹਜ਼ਾਰਾਂ ਅਰਬਾਂ ਸਾਲ। ਹੁਣ ਤੁਸੀਂ ਦੇਖ ਲਓ ਵੀ ਉਹ ਰੂਹ ਬਣਨਾ ਜਾਂ ਉਹ ਰੂਹ ਬਣਨਾ ਜਿੱਥੇ ਮਹਾਰਾਜ ਕਹੇ ਆ ਸ਼ਾਬਾਸ਼ ਪੁੱਤਰਾ, ਤੈਨੂੰ ਭੇਜਿਆ ਸੀ ਬੰਦਾ ਬਣਾ ਕੇ, ਤੂੰ ਬਹੁਤ ਚੰਗੇ ਕੰਮ ਕਰਨਾ ਹੈ। ਬਸ ਮੈਂ ਇਹੀ ਕਹਿਣਾ ਸੀ, ਇਹ ਤੁਸੀਂ ਆਪਣੇ ਆਪ ਨੂੰ ਪੁੱਛ ਲਓ ਸਾਰੇ।